ਸਭ ਤੋਂ ਪੰਜਾਬ ਦੇ ਵਿੱਚ ਪਹਿਲਾ ਡ੍ਰੈਗਨ ਫਰੂਟ ਅਸੀਂ ਸ਼ੁਰੂ ਕੀਤਾ ਜੀ ਇੱਕ ਬੋਲ ਦੇ ਜਿਹੜੀ ਇਨਕਮ ਆ ਜੇ ਇਹ ਦੂਜੇ ਸਾਲ ਆ ਜਿਹੜੀ 4-5 ਕਿਲੋ ਪਰ ਬੋਲ ਦੇ ਦਿੰਦਾ ਜੀ ਮੰਨ ਲਓ ਜੇ 4 ਰੁਪਿਆ ਤਾਂ 20 ਕਾਟਲ ਹੋ ਗਿਆ ਜੀ ਜੇ 200 ਰੁਪਏ ਨੂੰ ਵਿਕਦੇ ਆ ਜੀ ਹੂੰ 20000 ਨੂੰ ਹੋ ਗਿਆ ਜੀ ਹੂੰ 4 ਲੱਖ ਦਾ ਹੋ ਗਿਆ ਮੰਨ ਲਓ ਜੀ ਥੋੜਾ ਜੇ ਤੀਜੇ ਸਾਲ 10 ਕਿਲੋ ਵੀ ਜਾਂਦਾ ਜੀ 200 ਰੁਪਏ ਛੋਟਾ ਵਿਕਦਾਗਾ ਤਾਂ 2000 ਦਾ ਇੱਕ ਹੋ ਗਿਆ ਜੀ ਇੱਕ ਬੋਲ 500 ਬੋਲ ਕਿੰਨੇ ਦਾ ਹੋਗਾ ਜੀ 10 ਲੱਖ ਰੁਪਏ ਦਾ ਹੋਗਾ ਜੀ ਮੇਰੇ ਹਿਸਾਬ ਨਾਲ ਪਿਛਲੇ ਸਾਲ 100 ਏਕੜ ਲੱਗਿਆ ਸੀਗਾ ਇਦ ਕੀ ਘੱਟੋ ਘੱਟ 200 250 ਏਕੜ ਹੋਰ ਲੱਗ ਜੂਗਾ ਕੈਨੇਡਾ ਜਾ ਕੇ ਮੈਂ ਇਹਨੇ ਪੈਸੇ ਕਮਾਉਂਗਾ ਅਮਰੀਕਾ ਜਾ ਕੇ ਮੈਂ ਇਹਨੇ ਪੈਸੇ ਕਮਾਉਂਗਾ ਪਰ ਮੈਂ ਕੈਨੇਡਾ ਤੇ ਅਮਰੀਕਾ ਤੋਂ ਮੈਂ ਵਾਅਦਾ ਨਾ ਕਹਿੰਦਾ ਜੀ ਮੇਰੇ ਕੋਲ 2 ਸਾਲ ਨੂੰ ਆ ਜਾਓ ਜਿਹੜਾ ਮਰਜ਼ੀ ਕਮਾਈ ਕਰਕੇ ਲਿਆ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਉੱਥੇ ਤਾਂ ਅਸੀਂ ਭਈਆਂ ਵਾਂਗੂ ਕੰਮ ਕਰਦੇ ਆ ਮਜ਼ਦੂਰਾਂਗੇ ਇੱਥੇ ਅਸੀਂ ਸਰਦਾਰਾਂਗੇ ਜੇ ਸਰਦਾਰੀ ਕੰਮ ਰੱਖਣੀ ਹੈ ਤਾਂ ਇੱਥੇ ਹੀ ਕੰਮ ਕਰਨਾ ਪਊ ਕਈ ਨਾ ਬਜ਼ੁਰਗ ਆਉਂਦੇ ਅੱਜ ਮੈਂ ਤੁਸੀਂ ਗੱਲ ਕਹੀ ਆ ਹੂੰ ਉਹਦੇ ਬੱਚਿਆਂ ਨੂੰ ਕੰਮ ਨਹੀਂ ਦੇ ਦਿੰਦੇ ਵਾਕਈ ਨਹੀਂ ਕਰ ਦਿੰਦੇ ਉਹ ਇੱਥੇ ਆਉਂਦੇ ਆ ਕਿ ਉਹ ਦੇਖੋ ਜੇ ਬੱਚਾ ਸਾਡੇ ਨੇ ਪੈਸੇ ਲਾ ਦੋ ਜੀ ਹੋਰ ਕਰ ਦੋ ਜੀ ਮੈਂ ਤਾਂ ਕੀਲਾ ਜ਼ਮੀਨ ਵੇਚ ਕੇ ਬਾਹਰ ਭੇਜ ਦੂੰਗਾ ਉਹਨੇ ਸੋਚਣੀ ਗੱਲ ਤਾਂ ਹੈਗੀ ਐਂਟਰ ਕਰੋ ਪੇਤੇ ਵਿੱਚ ਹੋਣੀ ਸਰੋਂ ਬੀਜ ਲਓ ਸਬਜ਼ੀ ਬੀਜ ਲਓ ਹੂੰ ਜੋ ਮਰਜੀ ਬੀਜ ਲਓ ਜੀ ਕੋਈ ਇਨਕਮ ਨਹੀਂ ਰੁਕਦੀ ਬੰਦੇ ਦੀ 1 ਏਕੜ ਵੀ ਬੰਦੇ ਦਾ ਪਰਿਵਾਰ ਪਾਲ ਸਕਦਾ ਜੀ 1 ਏਕੜ ਵੀ ਹੈਗਾ ਨਾ ਬੰਦੇ ਕੋਲੇ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਠੂਲੇਵਾਲ ਇੱਥੇ ਅਸੀਂ ਗੱਲਬਾਤ ਕਰਾਂਗੇ ਹਰਵੰਤ ਸਿੰਘ ਜੀ ਹੁਣਾਂ ਨਾਲ ਜਿਨ੍ਹਾਂ ਨੇ ਬਿਲਕੁਲ ਹੀ ਵੱਖਰੀ ਖੇਤੀ ਕੀਤੀ ਹੈ ਆਮ ਤੌਰ ਤੇ ਆਪਾਂ ਕਣਕ ਝੋਨਾ ਵੇਖਦੇ ਹਰ ਇੱਕ ਪਾਸੇ ਹੁੰਦਾ ਸੌਣੀ ਤੇ ਹਾੜੀ ਦੇ ਵਿੱਚ ਪਰ ਇਹਨਾਂ ਨੇ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਹੈ ਡ੍ਰੈਗਨ ਫਰੂਟ ਬਾਰੇ ਇਹਨਾਂ ਤੋਂ ਪੁੱਛਾਂਗੇ ਕਿ ਕਿਵੇਂ ਡ੍ਰੈਗਨ ਫਰੂਟ ਜਿਹੜਾ ਉਹ ਆਪਾਂ ਆਪਣੇ ਖੇਤਾਂ 'ਚ ਉਗਾ ਸਕਦੇ ਹਾਂ ਕਿਵੇਂ ਕਮਾਈ ਇਹਦੇ ਤੋਂ ਕਰ ਸਕਦੇ ਹਾਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਜਿਹੜਾ ਡ੍ਰੈਗਨ ਫਰੂਟ ਆ ਉਹ ਵਿਆਹਾਂ 'ਚ ਹੀ ਖਾਂਦੇ ਆ ਪਰ ਇਹ ਇਹ ਬਹੁਤ ਗੁਣਾਕਾਰੀ ਹੈ ਬਾਕੀ ਗੱਲਾਂ ਇਹਨਾਂ ਤੋਂ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਰਵਸ਼ਿੰਦੀ ਜੀ ਧੰਨ ਹਰਵੰਤ ਸਿੰਘ ਜੀ ਬੜਾ ਵਧੀਆ ਲੱਗਿਆ ਤੁਹਾਡੇ ਕੋਲੇ ਇੱਥੇ ਆ ਕੇ ਵੈਸਤਾ ਤੁਸੀਂ ਜਦੋਂ ਵੀ ਮੈਂ ਫੋਨ ਕੀਤਾ ਸੀ ਤੁਹਾਨੂੰ ਤੁਸੀਂ ਕਹਿੰਦੇ ਸੀ ਖੇਤੀ ਆ ਤੇ ਤੁਸੀਂ ਖੇਤ ਹੀ ਰਹਿੰਦੇ ਹੋ ਇੱਥੇ ਭੱਕੇ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਡ੍ਰੈਗਨ ਫਰੂਟ ਹੈ ਇਹਦਾ ਕੀ ਕਿਵੇਂ ਮਨ ਦੇ ਵਿੱਚ ਕੀ ਆਇਆ ਆਮ ਖੇਤੀ ਕਰਦੇ ਹੋਗੇ ਪਹਿਲਾਂ ਤੁਸੀਂ ਇਹ ਜਿਹੜਾ ਡ੍ਰੈਗਨ ਫਰੂਟ ਹੈ ਜੀ ਅਸੀਂ 2016 ਚ ਟ੍ਰਾਇਲ ਕੀਤਾ ਸੀਗਾ ਨਹੀਂ ਪਹਿਲਾਂ ਆਮ ਖੇਤੀ ਕਰਦੇ ਸੀ ਤੁਸੀਂ ਪਹਿਲਾਂ ਆਮ ਖੇਤੀ ਜਿਵੇਂ ਆ ਕਣਕ ਝੋਨਾ ਹਾਂਜੀ ਕਣਕ ਝੋਨਾ ਜੀ ਅੱਛਾ ਫਿਰ ਕਿਵੇਂ ਮਨ ਚ ਆਇਆ ਬਸ ਮਨ ਚ ਨਹੀਂ ਆਇਆ ਜੀ ਤੇ ਅਸੀਂ ਨਾ ਚੈਨਲ ਦੇਖਿਆ ਸੀਗਾ ਅੱਛਾ ਖੇਤੀਬਾੜੀ ਵਾਲਾ ਉਹਦੇ ਉੱਪਰ ਸਾਨੂੰ ਡ੍ਰੈਗਨ ਫਰੂਟ ਦੀ ਖੇਤੀ ਬਾਰੇ ਪਤਾ ਲੱਗਿਆ ਕੁਝ ਸਾਨੂੰ ਹੋਰ ਖੇਤੀਆਂ ਚੰਦਨ ਬਾਰੇ ਪਤਾ ਲੱਗਿਆ ਜਿਵੇਂ ਅਵੋਕਾਡੋ ਉਹਦੇ ਬਾਰੇ ਪਤਾ ਲੱਗਿਆ ਫਿਰ ਅਸੀਂ ਇਹ ਨੂੰ ਸ਼ੁਰੂਆਤ ਕੀਤਾ ਜੀ 2016 ਚ 2016 ਚ ਹਾਂਜੀ ਸਭ ਤੋਂ ਪੰਜਾਬ ਦੇ ਵਿੱਚ ਪਹਿਲਾ ਡ੍ਰੈਗਨ ਫਰੂਟ ਅਸੀਂ ਸ਼ੁਰੂ ਕੀਤਾ ਜੀ ਟ੍ਰਾਇਲ ਸਾਡੇ 3 ਸਾਲ ਦਾ ਟ੍ਰਾਇਲ ਚ ਹੀ ਨਿਕਲ ਗਏ ਅੱਛਾ ਹਾਂਜੀ 2017 ਚ ਅਸੀਂ ਜੀ ਚੰਦਨ ਲਾਇਆ 18 ਚੋਂ 19 ਚ ਅਸੀਂ ਐਵੋਕਾਡੋ ਲਾਇਆ ਜਿਹਦੇ 1200 ਰੇਟ ਆ ਬਹੁਤ ਸਾਰੇ ਖੇਤੀਆ ਨੇ ਵਿਭਿੰਨ ਤਾਲੀਆਂ ਜੇ ਤੁਸੀਂ ਕਹਿੰਦੇ ਹੋ ਪੰਜਾਬ ਦੀ ਵਿਭਿੰਨਤਾ ਜੇ ਦੇਖਣੀ ਹੋ ਤੁਸੀਂ ਮੇਰੇ ਪਿੰਡ ਆ ਕੇ ਦੇਖ ਸਕਦੇ ਹੋ ਕੀ ਬਾਤ ਹੈ ਤੁਸੀਂ ਇੰਨਾ ਕੁਝ ਕਰਦੇ ਹੋ ਆਪਾਂ ਹੌਲੀ ਹੌਲੀ ਉਹਦੇ ਜਿਹੜੇ ਵਰਕ ਕੀ ਆ ਉਹ ਆਪਣੇ ਲੋਕਾਂ ਕੋਲੇ ਆਪਣੇ ਦਰਸ਼ਕਾਂ ਕੋਲੇ ਫੁੱਲਾਂਗੇ ਸਭ ਤੋਂ ਪਹਿਲਾਂ ਅੱਜ ਗੱਲ ਆਪਾਂ ਖਾਸ ਤੌਰ ਤੇ ਇਹਦੀ ਕਰਾਂਗੇ ਡਰੈਗਨ ਫਰੂਟ ਹਾਂਜੀ ਸਰ ਇਹ ਡਰੈਗਨ ਫਰੂਟ ਤੁਸੀਂ ਜਦੋਂ ਲਾਇਆ ਇਹ ਤੇ ਉਸ ਤੋਂ ਬਾਅਦ ਕਦੋਂ ਕਿੰਨਾ ਕਿਤੇ ਦਾ ਖਰਚਾ ਆਇਆ ਪਹਿਲਾਂ ਮੈਨੂੰ ਇਹ ਗੱਲ ਜ਼ਰੂਰ ਦੱਸਿਓ ਤੁਸੀਂ ਵੀ ਘਰਦਿਆਂ ਨੇ ਜਾਂ ਲੋਕਾਂ ਨੇ ਕੁਛ ਐਂ ਜੀ ਗੱਲਬਾਤ ਕੀਤੀ ਹੋਣੀ ਵੀ ਆਹ ਕੀ ਨਵਾਂ ਕਰੀ ਜਾਂਦੇ ਹੋ ਹਾਂ ਘਰਦਿਆਂ ਨੇ ਤਾਂ ਕੁਛ ਨਹੀਂ ਕਿਹਾ ਕਿਉਂਕਿ ਮੈਂ ਖੁਦ ਮੁਖਤਿਆਰ ਸੀਗਾ ਅੱਛਾ ਤੇ ਮੇਰਾ ਬੇਟਾ ਕੰਪਿਊਟਰ ਕੋਰਸ ਕੀਤਾ ਹੋਇਆਗਾ ਅੱਛਾ ਹਾਂਜੀ ਉਹ ਮੈਨੂੰ ਕਹਿੰਦਾ ਵੀ ਇਸ ਤਰ੍ਹਾਂ ਆਪਾਂ ਕਰਨਾ ਹੈ ਖੇਤੀ ਕਰਨੀ ਆ ਤੇ ਪਹਿਲਾਂ ਵੀ ਅਸੀਂ ਅਲੱਗ-ਅਲੱਗ ਜਿਵੇਂ ਕਵਾਇਨ ਚਲਾਉਣੇ ਜੀ ਤੂੜੀ ਦਾ ਕਿਰਾਇਆ ਲਾਉਣਾ ਛਟੀਆਂ ਦਾ ਲਾਉਣਾ ਹੋਰ ਕਿਰਾਏ ਕਰਨੇ ਅਸੀਂ ਲਗ ਲਗ ਤਰੀਕੇ ਮਤਲਬ ਵਰਤਦੇ ਰਹਿੰਦੇ ਆ ਜੀ ਵੀ ਕਿਸੇ ਪਾਸੋਂ ਚਾਰ ਪੈਸੇ ਕਮਾ ਆ ਜਾਣਾ ਉਹਦੇ ਵਿੱਚ ਫਿਰ ਮੈਨੂੰ ਜਦੋਂ بیٹے ਨੇ ਕਿਹਾ ਵੀ ਆਪਾਂ ਡ੍ਰੈਗਨ ਦੀ ਖੇਤੀ ਤੇ ਚੰਦਨ ਦੀ ਖੇਤੀ ਕਰਨੀ ਹੈ ਮਾ ਬੇਟਾ ਕੋਈ ਗੱਲ ਨਹੀਂ ਜਿੱਥੇ ਆਪਾਂ ਹੋਰ ਕੰਮ ਕਰਦੇ ਆ 50000 ਤੋਂ ਚੱਕ ਅੱਛਾ ਹਾਂਜੀ 2016 ਦੇ ਵਿੱਚ 50000 ਤੋਂ ਸਟਾਰਟ ਕੀਤਾ ਸੀ ਜੀ ਹੂੰ ਅੱਛਾ ਹਾਂਜੀ ਪਹਿਲਾਂ ਕਿੰਨੀ ਜਗ੍ਹਾ ਤੇ ਲਾਇਆ ਤੁਸੀਂ ਪਹਿਲਾਂ ਜੇ ਅਸੀਂ 100 ਕਪੂਲ ਲਾਇਆ ਸੀਗਾ ਅੱਛਾ ਦੋ ਕਨਾਲ ਚ ਅੱਛਾ ਠੀਕ ਹੈ ਉਹ ਤੋਂ ਫਿਰ ਸ਼ੁਰੂ ਕਰਦੇ ਕਰਦੇ ਤਿੰਨ ਸਾਲ ਸਾਡੇ ਉੱਥੇ ਟ੍ਰਾਇਲ ਲੰਗੇ ਜੀ ਹੂੰ ਹੁਣ ਫਿਰ ਜੇ ਅਸੀਂ ਸਵਾ ਇੱਕ ਏਕੜ ਸੀ ਜਿਹੜਾ 10 ਕਨਾਲ ਆ ਅਸੀਂ ਲਾਇਆ ਹੁਣ ਅਸੀਂ 4 ਏਕੜ ਲਾ ਰਹੇ ਹਾਂ ਜਿਹੜਾ ਕਿ ਸਾਡਾ ਅਗਲੇ ਮਹੀਨੇ 4 ਏਕੜ ਪੂਰਾ ਹੋ ਜਾਊਗਾ ਜੀ ਹੂੰ ਹੁਣ ਹੌਲੀ ਹੌਲੀ ਸਟੈਪ ਬਾਈ ਸਟੈਪ ਵਧਾਈ ਜਾਂਦੇ ਹਾਂ ਹਾਂਜੀ ਤੇ ਫਿਰ ਤੁਸੀਂ ਪਹਿਲੀ ਜਿਹੜੀ ਇਹਦੀ ਵਿਕਰੀ ਆ ਉਹ ਕਿਹੜੇ ਸਾਲ ਸ਼ੁਰੂ ਹੋਈ ਸੀ ਇਹ ਦੂਜੇ ਸਾਲ ਸ਼ੁਰੂ ਹੋਈ ਨੇ ਵਿਕਰੀ ਇਹਦੀ ਅੱਛਾ ਪਹਿਲੇ ਸਾਲ ਖਾਣ ਪੀਣ ਚੋਗਰਾ ਜਾਂਦਾ ਜੀ ਅੱਛਾ ਘਰੇ ਖਾ ਲੈਨੇ ਆ ਘਰੇ ਖਾਣਾ ਜਾਂ ਕਿਸੇ ਵੀ ਰਿਸ਼ਤੇਦਾਰ ਨੂੰ ਮਿੱਤਰ ਪਿਆਰੇ ਨੂੰ ਜਾਂ ਕੋਈ ਮੱਥਾ ਟੇਕਣਾ ਹੂੰ ਉਹਦੇ ਵਾਸਤੇ ਅਸੀਂ ਸਟਾਰਟਿੰਗ ਕਰ ਸਕਦੇ ਹਾਂ ਦੂਜੇ ਸਾਲ ਵਿੱਚ ਸਾਨੂੰ ਇਨਕਮ ਸ਼ੁਰੂ ਹੋ ਜਾਂਦੀ ਹੈ ਜੀ ਅੱਛਾ ਹਾਂ ਇਹ ਪਰਪੋਲਾਸ਼ੇ ਇਨਕਮ ਮੰਨਦੇ ਆ ਜੀ ਹੂੰ 1 ਏਕੜ ਦੇ ਵਿੱਚ 500 ਬੋਲ ਲੱਗਦਾ ਅੱਛਾ 1 ਬੋਲ ਦੀ ਜਿਹੜੀ ਇਨਕਮ ਆ ਜੀ ਇਹ ਦੂਜੇ ਸਾਲ ਆ ਜਿਹੜੀ 4-5 ਕਿਲੋ ਪਰਪੋਲ ਦੇ ਦਿੰਦਾ ਜੀ ਮੰਨ ਲਓ ਜੇ 4 ਬੀਆ ਤਾਂ 20 ਕੁਇੰਟਲ ਹੋ ਗਿਆ ਜੀ ਇਹ 200 ਰੁਪਏ ਨੂੰ ਵੀ ਵਿਕਦੇ ਆ ਜੀ ਹੂੰ 20000 ਨੂੰ ਹੋ ਗਿਆ ਜੀ ਹੂੰ 4 ਲੱਖ ਦਾ ਹੋ ਗਿਆ ਜੀ ਹੂੰ ਸਹੀ ਗੱਲ ਇਹ ਹੈਗਾ ਜੀ ਅਸੀਂ ਪਿਛਲੇ ਸਾਲ 250 ਰੂਮ ਵਿੱਚ ਐ ਸੇਲ ਕੀਤਾ ਜੀ ਕਿੰਨਾ ਜੀ 250 ਰੂਮ ਪਰ ਕੇ ਲਈ ਕੇ ਜੀ ਅੱਛਾ ਕਦੋਂ ਪਿਛਲੇ ਸਾਲ ਪਿਛਲੇ ਸਾਲ ਹਾਂ ਹੁਣ ਅਗਲੇ ਸਾਲ ਜਦੋਂ ਕਰਾਂਗੇ ਇਹ ਹੌਲੀ ਹੌਲੀ ਤਾਂ ਫਿਰ ਇਹਦਾ ਜਿਹੜਾ ਫਾਲਾ ਉਹ ਵੱਧਦਾ ਜਾਂਦਾ ਹੋਊਗਾ ਹਾਂ ਇਹ ਦੂਜੇ ਸਾਲ 4-5 ਕਿਲੋ ਜੀ ਤੀਜੇ ਸਾਲ ਫਿਰ ਫਿਰ ਡਬਲ ਹੋ ਜਾਂਦਾ 8-10 ਕਿਲੋ ਹੋ ਜਾਂਦਾ ਜੀ ਚੌਥੇ ਸਾਲ ਜੇ ਇਹ ਕੋਈ 12-15 ਕਿਲੋ ਤੱਕ ਉਹ ਹੈ ਪਰ ਪੋਲ ਚੱਲਿਆ ਜਾਂਦਾ ਜੀ ਮੰਨ ਲਓ ਜੀ ਥੋੜਾ ਜੇ ਤੀਜੇ ਸਾਲ 10 ਕਿਲੋ ਵੀ ਜਾਂਦਾ ਜੀ 200 ਨੂੰ ਵੀ ਥੋੜਾ ਵਿਕਦਾਗਾ ਤਾਂ 2000 ਦਾ ਇੱਕ ਹੋ ਗਿਆ ਜੀ ਇੱਕ ਪੋਲ 500 ਪੋਲ ਕਿੰਨਾ ਦਾ ਹੋ ਗਿਆ ਜੀ 10 ਲੱਖ ਰੁਪਏ ਦਾ ਹੋ ਗਿਆ ਜੀ ਜੇ ਥੋੜਾ 100 ਰੁਪਏ ਨੂੰ ਵੀ ਵਿਕਦਾ ਜੀ ਪਰ ਕੇ ਜੀ 1000 ਰੁਪਏ ਦਾ ਪੋਲ ਹੋ ਗਿਆ 5 ਲੱਖ ਰੁਪਏ ਦਾ ਹੋ ਗਿਆ ਜੀ 1500 ਨੂੰ ਵਿਕਦਾ ਤਾਂ 7.5 ਲੱਖ ਦਾ ਹੋ ਗਿਆ ਇਸ ਤਰ੍ਹਾਂ ਕਰਕੇ ਇਹਦੀ ਇਨਕਮ ਹੈ ਨੇ ਸਹੀ ਗੱਲ ਹੈ ਮਤਲਬ ਇਹ ਥੋੜਾ ਜਿਹਾ ਜਿਗਰਾ ਕੱਢਣਾ ਪੈਂਦਾ ਬਸ ਇੱਕ ਵਾਰੀ ਬਸ ਸਾਡਾ ਕਿਸਾਨ ਨਾ ਜਿਹੜਾ ਹੈਗਾ ਪੰਜਾਬ ਦਾ ਲਕੀਰ ਦਾ ਫਕੀਰ ਹੋ ਗਿਆ ਸਾਨੂੰ ਕੀ ਆ ਹਰੀ ਕ੍ਰਾਂਤੀ ਸਿਖਾਈ ਗਈ ਜਿਆਦਾ ਹਮ ਹਰੀ ਕ੍ਰਾਂਤੀ ਦੇ ਵਿੱਚ ਕਣਕ ਝੋਨਾ ਆ ਗਿਆ ਜੀ ਹੋਰ ਫਸਲਾਂ ਆ ਗਈਆਂ ਸਾਨੂੰ ਖਾਦਾਂ ਤੇ ਲਾਤਾ ਜੀ ਕੈਮੀਕਲ ਤੇ ਲਾਤਾ ਹਮ ਸਪਰੇਆਂ ਤੇ ਲਾਤਾ ਸਾਨੂੰ ਬਾਗਬਾਨੀ ਬਾਰੇ ਤਾਂ ਕਿਸੇ ਨੇ ਸਮਝਾਇਆ ਹੀ ਨਹੀਂ ਦੱਸਿਆ ਹੀ ਨਹੀਂਗਾ ਜਦੋਂ ਹੁਣ ਤੁਸੀਂ ਇੱਥੇ ਮਿੱਤਰ ਪਿਆਰੇ ਆਉਨੇ ਹੋ ਜੀ ਸੋਸ਼ਲ ਮੀਡੀਆ ਆਉਂਦਾ ਇਹਨੇ ਤਾਂ ਮੇਰੇ ਹਿਸਾਬ ਚ ਇਹਨੇ ਜ਼ਿਆਦਾ ਯੋਗਦਾਨ ਪਾਇਆ ਜੀ ਖੇਤ ਵਿਭਿੰਨਤਾ ਵਾਲੀ ਖੇਤੀ ਚ ਤੇ ਵਧੀਆ ਕਮਰਸ਼ੀਅਲ ਖੇਤੀ ਦਾ ਉਹ ਇੱਕ ਮੈਂ ਸਮਝਦਾ ਵੀ ਟੈਲੀਵਿਜ਼ਨ ਦਾ ਤੇ ਸੋਸ਼ਲ ਮੀਡੀਆ ਦਾ ਇੱਕ ਯੋਗਦਾਨ ਆ ਜੀ ਨਹੀਂ ਕੀ ਪਤਾ ਮੈਂ ਕੀ ਕਰ ਰਹਾਂਗਾ ਤੁਸੀਂ ਕੀ ਕਰ ਰਹੇ ਹੋਗੇ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਹਾਂ ਇੱਕ ਦੂਜੇ ਨੂੰ ਪਤਾ ਲੱਗਦਾ ਜੀ ਸਹੀ ਗੱਲ ਹੈ ਤੁਸੀਂ ਸਹੀ ਜਾਣਕਾਰੀ ਲੈ ਕੇ ਜੀ ਇੱਥੇ ਆ ਕੇ ਵੈਸੇ ਉਹ ਗੱਲਾਂ ਨਹੀਂ ਹੈਗੀਆਂ ਪਾਣੀ ਚ ਨੇ ਆਪਣਾ ਗਰਾਊਂਡ ਤੇ ਕੀਤਾ ਹੋਇਆ ਜੀ ਗਰਾਊਂਡ ਤੇ ਤੁਹਾਨੂੰ ਕੀਤਾ ਹੋਇਆ ਦੇਖੂਗਾ ਇਹਦਾ ਜਿਸ ਸਾਹ ਨਾਲ ਆਪਾਂ ਪੋਲ ਲੱਗਦੇ ਆ ਜਿਵੇਂ ਤੁਸੀਂ ਕਿਹਾ ਕਿਲੇ ਚ 500 ਪੋਲ ਲੱਗਦਾ ਤੇ ਇਹਦਾ ਮਤਲਬ ਤਾਂ ਇਹ ਹੈ ਵੀ ਕੇਰਾਂ ਤਾਂ ਸ਼ੁਰੂਆਤ ਦੇ ਵਿੱਚ ਖਰਚਾ ਕੇਰਾਂ ਤਾਂ ਦੇਖੋ 4-5 ਲੱਖ ਰੁਪਇਆ ਪ੍ਰਤੀ ਏਕੜ ਖਰਚਾ ਹੁੰਦਾ ਇੱਕ ਵਾਰੀ ਫਿਰ 15-20 ਸਾਲ ਜੀ ਇਹਨੇ ਖੇਤੀ ਨੇ ਹੋਣਾ ਫਿਰ ਸਾਨੂੰ ਖਰਚਾ ਕਰਨ ਦੀ ਜ਼ਰੂਰਤ ਨਹੀਂ ਅੱਛਾ ਇੱਕ ਟਾਈਮ ਚ ਹੀ ਹੁੰਦਾ ਕਰ ਬਸ ਇੱਕ ਟਾਈਮ ਇਹਦਾ ਖਰਚਾ ਜ਼ਰੂਰ ਕਰਨਾ ਪਊਗਾ ਤੇ ਖਰਚਾ ਦੇਖੋ ਸਾਡਾ ਜ਼ਿਮੀਦਾਰ ਕਰ ਲੈਂਦਾ ਜੀ ਹੁਣ ਬੱਚਿਆਂ ਨੂੰ ਬਾਹਰ ਭੇਜਣ ਖਾਤਰ 20-20 ਲੱਖ ਰੁਪਇਆ ਵੀ ਲਾ ਦਿੰਦਾ ਉਹਨਾਂ ਦੀ ਜ਼ਿੰਦਗੀ ਵਾਸਤੇ ਜਦੋਂ ਉਹਨੂੰ ਇੱਤਰ ਪਤਾ ਲੱਗਣ ਇਹ 5 ਲੱਖ ਨਾਲ ਸਾਡਾ ਬੱਚਾ ਇੱਥੇ ਸੈੱਟ ਹੁੰਦਾ ਜਾਂ 2 ਲੱਖ ਨਾਲ ਇੱਥੇ ਸੈੱਟ ਹੁੰਦਾ ਫਿਰ ਉਹ ਬਾਹਰਲੇ ਮੁਲਕਾਂ 'ਚ ਕਿਉਂ ਭੇਜੂ ਆਪਣੇ ਬੱਚਿਆਂ ਨੂੰ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿੱਥੇ ਦਾ ਨਾਲੇ 15-20 ਲੱਖ ਲਾ ਕੇ ਆਪਦੇ ਜਵਾਗ ਨੂੰ ਆਪਦੇ ਤੋਂ ਦੂਰ ਕਰਨਾ ਹੈ ਦੂਰ ਕਰਨਾ ਜੀ ਦੇਸ਼ ਨਿਕਾਲਾ ਦੇਣਾ ਹੈ ਦੇਸ਼ ਨਿਕਾਲਾ ਦੇਣਾ ਕਿੱਥੇ ਤੁਸੀਂ 4-5 ਲੱਖ ਰੁਪਇਆ ਲਾ ਕੇ ਉਹਨੂੰ ਆਪਦੇ ਕੋਲੇ ਰੱਖਣਾ ਨਾਲੇ ਕਮਾਈ ਕਰਨੀ ਆਪਦੀ ਅੱਖਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਹਾਂ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਇਹ ਇਹ ਫਿਰ ਜਿਹੜਾ ਤੁਸੀਂ ਤੁਹਾਡੇ ਕੋਲੇ ਆਉਂਦੇ ਆ ਗਾਹ ਕਿ ਇਹਦੇ ਹਾਂਜੀ ਉਹ ਕਿਵੇਂ ਆਉਂਦੇ ਆ ਜਾਂ ਤੁਸੀਂ ਕਿੱਥੇ ਜਾਂਦੇ ਹੋ ਉਹਦਾ ਕੀ ਹਿਸਾਬ ਕਿਤਾਬ ਬਣਦਾ ਗਾਕਤਾ ਜੀ ਹੁਣ ਤੁਸੀਂ ਮੇਰੇ ਕੋਲ ਇੰਟਰਵਿਊ ਲੈ ਗਏ ਹਾਂ ਠੀਕ ਹੈ ਇਹਦਾ ਮੈਂ ਤੁਸੀ ਨੰਬਰ ਦੇਮੋ ਕੁ ਜੀ ਉਹ ਸਾਡੀ ਖੇਤੀ ਦੇਖਣਗੇ ਪਹਿਲਾਂ ਤਾਂ ਇਹ ਤੇ YouTube ਤੇ ਦੇਖਣਗੇ ਹੈ ਜੀ ਉੱਥੇ ਤਾਂ ਇੱਕ ਜਾਗਸਮਾਨ ਹੁੰਦਾਗਾ ਫਿਰ ਇੱਥੇ ਗਰਾਊਂਡ ਤੇ ਦੇਖਣਗੇ ਜੀ ਫਿਰ ਬੰਦੇ ਦਾ ਮਨ ਮੰਨਦਾਗਾ ਵੀ ਯਾਰ ਹਾਂ ਅਸੀਂ ਵੀ ਇਹ ਕੁਝ ਕਰੀਏ ਮੇਰੇ ਕੋਲ ਬਾਹਰਲੇ ਮੁਲਖਾਂ ਤੋਂ ਫੋਨ ਆਉਂਦੇ ਆ ਜੀ ਕੈਨੇਡਾ ਅਮਰੀਕਾ ਅਫਰੀਕਾ ਵਗੈਰਾ ਅੱਛਾ ਉੱਥੇ ਜਿਹੜੇ ਸਾਡੇ ਇਥੋਂ ਪੰਜਾਬ ਦੇ ਵਾਸੀ ਨੇ ਗਏ ਹੋਏ ਨੇ ਗਏ ਉੱਥੇ ਜਦੋਂ ਇਹ ਗੱਲਾਂ ਸੁਣਦੇ ਨੇ ਐਵੋਕਾਡੋ ਦੀ ਸੁਣਦੇ ਆ ਡ੍ਰੈਗਨ ਫਰੂਟ ਦੀ ਸੁਣਦੇ ਆ ਅਗਾਹ ਉਹਦੀ ਖੇਤੀ ਦੇਖਦੇ ਆ ਜੀ ਫਿਰ ਉਹ ਮੇਰੇ ਨਾਲ ਸੰਪਰਕ ਕਰਦੇ ਆ ਜੀ ਫਿਰ ਉਹ ਆਪਦੇ ਘਰਦਿਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਮੇਰੇ ਕੋਲੇ ਭੇਜਦੇ ਆ ਹੂੰ ਵੀ ਜਾਓ ਦੇਖ ਕੇ ਉਹ ਮਾਡਲ ਆਪਣਾਓ ਅੱਛਾ ਹਾਂਜੀ ਤੁਹਾਡੇ ਤੋਂ ਮਤਲਬ ਇਹ ਦੇਖ ਕੇ ਥੋੜੇ ਸਾਹਮਣੇ ਕਈਆਂ ਨੇ ਕੀਤਾ ਇਹ ਆਪਣੇ ਪੰਜਾਬ ਦੇ ਵਿੱਚ ਹਾਂ ਆਪਣੇ ਪੰਜਾਬ ਦੇ ਵਿੱਚ ਅਸੀਂ ਪਿਛਲੇ ਸਾਲ 5-7 ਏਕੜ ਲਵਾਤਾ ਹੋਊਗਾ ਜੀ ਹੂੰ ਇਸ ਸਾਲ ਅਸੀਂ ਤਨ ਇੱਕੜ ਅਸੀਂ ਆਪ ਲਾ ਰਹੇ ਆ ਅੱਛਾ ਬਾਕੀ 15-20 ਏਕੜ ਅਸੀਂ ਲੋਕਾਂ ਨਾਲ ਹੋਰ ਲਵਾ ਲਾਂਗੇ ਤੇ ਹੋਰ ਵੀ ਵੱਖ-ਵੱਖ ਧਾਰਿਆਂ ਵੱਲੋਂ ਜਾਂ ਲੋਕਾਂ ਵੱਲੋਂ ਦੇਖ ਕੇ ਇੱਕ ਦੂਜੇ ਨੂੰ ਮੇਰੇ ਹਿਸਾਬ ਨਾਲ ਪਿਛਲੇ ਸਾਲ 100 ਏਕੜ ਲੱਗਿਆ ਸੀਗਾ ਇਤਕੀ ਘੱਟੋ-ਘੱਟ 200-250 ਏਕੜ ਹੋਰ ਲੱਗ ਜੂਗਾ ਹੋਰ ਲੱਗ ਪੰਜਾਬ ਦੇ ਵਿੱਚ ਹੂੰ ਇਹਦਾ ਮਤਲਬ ਇਹ ਆ ਵੀ ਇਹ ਦੇਖੋ ਦੇਖ ਲੋਕ ਆ ਰਹੇ ਆ ਕਿਵੇਂ ਚਾਹੇ ਹੌਲੀ ਆਉਂਦੇ ਆ ਪਰ ਆ ਰਹੇ ਆ ਉਧਰ ਹਨਾ ਆਰ ਲੋਕਾਂ ਨੂੰ ਬਦਲ ਨਹੀਂ ਸੀ ਨਾ ਦਿਖਦਾ ਕਮਾਈ ਦਾ ਨਹੀਂ ਸੀ ਕੁਝ ਦਿਖਦਾ ਸਾਧਨਾ ਜਦੋਂ ਲੋਕਾਂ ਨੂੰ ਕਮਾਈ ਦੇਖਣ ਲੱਗ ਗਈ ਇਹਦੇ ਵਿੱਚ ਹੂੰ ਮੈਡੀਸਨ ਫਰੂਟ ਆਗਾ ਸਾਡੀ ਸਿਹਤ ਵਾਸਤੇ ਦੇਖਣ ਲੱਗ ਗਿਆ ਕੁਝ ਤਾਂ ਆਪਣੇ ਖਾਣ ਵਾਸਤੇ ਲਾ ਰਹੇ ਨੇ ਕੁਝ ਲੋਕ ਖੇਤੀ ਕਰ ਰਹੇ ਨੇ ਜੀ ਇਸ ਤਰ੍ਹਾਂ ਕਰਕੇ ਕਿਸੇ ਨੇ 10 ਬੂਟੇ ਲਾ ਲਏ ਜੀ ਕਿਸੇ ਨੇ 100 ਲਾ ਲਿਆ ਕਿਸੇ ਨੇ 1000 ਲਾ ਲਿਆ ਕਿਸੇ ਨੇ 2000 ਇਸ ਤਰ੍ਹਾਂ ਲੋਕੀ ਇਹਨੂੰ ਲਾ ਰਿਆ ਸਹੀ ਗੱਲ ਤੇ ਤੁਸੀਂ ਵੇਚਦੇ ਜਿਹੜੇ ਇਹ ਜਿਹੜਾ ਫਰੂਟ ਹੈ ਇਹਦਾ ਉਹ ਤੁਸੀਂ ਕਿੱਥੇ ਵੇਚਦੇ ਹੋ ਉਹ ਜਿਹੜਾ ਫਰੂਟ ਹੈ ਸਾਡਾ ਇੱਥੇ ਬੁੱਕ ਹੋ ਜਾਂਦਾ ਜੀ ਆਰਡਰ ਇੱਥੇ ਬੁੱਕ ਅਸੀਂ ਵੱਖ-ਵੱਖ ਸ਼ਹਿਰਾਂ ਨੂੰ ਜਿਵੇਂ ਲੋਧਿਆਣਾ ਹੋ ਗਿਆ ਜੀ ਬਠਿੰਡਾ ਹੋ ਗਿਆ ਜਾਂ ਪਟਿਆਲਾ ਚੰਡੀਗੜ੍ਹ ਹੋ ਗਿਆ ਜੀ ਫਿਰ ਅਸੀਂ ਬਾਈ ਵਸ ਰਹੀਂ ਭੇਜ ਦਿੰਦੇ ਇਹਨੂੰ ਭੇਜ ਦਿੰਦੇ ਨੇ ਪੈਕ ਕਰਕੇ ਹਾਂਜੀ ਅੱਛਾ ਤੇ ਉਹਦੇ ਚ ਜਿਵੇਂ ਖਾਸ ਤੌਰ ਦੇ ਉਤੇ ਵੱਡੇ ਸ਼ਹਿਰ ਹੀ ਲੈਂਦੇ ਆ ਜਾਂ ਫਿਰ ਲੋਕਲ ਵੀ ਥੋੜਾ ਨਹੀਂ ਲੋਕਲ ਨੇ ਜਿਵੇਂ ਮੇਰਾ ਪਿੰਡ ਆ ਜੀ ਇੱਥੇ ਮੇਰੇ ਆਲੇ-ਦਾਲੇ ਤਿੰਨ-ਚਾਰ ਪਿੰਡ ਨੇ ਜੀ ਜੋ ਡਾਕਟਰ ਉਹਨੂੰ ਰეკਮੈਂਡ ਕਰਦੇ ਵੀ ਹੁਣ ਆ ਸੀਜ਼ਨ ਦੇ ਵਿੱਚ ਤੁਹਾਡੇ ਸੈੱਲ ਘਟ ਗਏ ਜਾਂ ਤੁਹਾਨੂੰ ਕਮਜ਼ੋਰੀ ਹੋ ਗਈ ਤੁਹਾਨੂੰ ਅੱਖਾਂ ਦੀ ਪ੍ਰੋਬਲਮ ਆ ਤੁਹਾਨੂੰ ਅਲਰਜੀ ਦੀ ਪ੍ਰੋਬਲਮ ਆ ਇਮਿਊਨਿਟੀ ਸਿਸਟਮ ਬੰਦਾ ਕਮਜ਼ੋਰ ਆ ਕਿਉਂਕਿ ਆ ਜਿਹੜਾ ਕਰੋਨਾ ਨੇ ਸਾਰੇ ਸਿਸਟਮ ਹੀ ਹਿਲਾਤਾ ਸੀ ਹਾਂ ਬਿਲਕੁਲ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਵੀ ਆਪਾਂ ਫਲ ਫਰੂਟ ਚੰਗੀ ਚੀਜ਼ ਖਾਈਏ ਆਰਗੈਨਿਕ ਖਾਈਏ ਹੂੰ ਜ਼ਹਿਰ ਮੁਕਤ ਅਸੀਂ ਜਿਹੜੀ ਖਰਾਕ ਉਹ ਖਾਈਏ ਲੋਕਾਂ ਦੇ ਵਿੱਚ ਜਿਹਨੂੰ ਇਹ ਭਾਵਨਾ ਆ ਗਈ ਤਾਂ ਲੋਕ ਇਸ ਪਾਸੇ ਨੂੰ ਵਧਿਆ ਜੀ ਇਹ ਮੇਰਾ ਲੋਕਲ ਵੀ ਵਿਕ ਜਾ ਬਿਕ ਰਿਹਾ ਹੈਗਾ ਅੱਛਾ ਲੋਕਲ ਵੀ ਵਿਕ ਰਿਹਾ ਹੈ ਹਾਂਜੀ ਹੂੰ ਇਹ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਵਿਆਹਾਂ 'ਚ ਖਾਣੇ ਆਪਾਂ ਸਿਆਲਾਂ ਦੇ ਵਿੱਚ ਵੀ ਫਿਰ ਇਹਦੀ ਹੋਊਗੀ ਖਪਤ ਨਾ ਹਾਂ ਮੇਰੇ ਕਈ ਪਿੰਡਾਂ ਦੇ ਆਲੇ-ਦਲੇ ਤਿੰਨ ਚਾਰ ਪਿੰਡਾਂ ਤੋਂ ਮੇਰੇ ਕੋਲ ਲੈਣ ਆਉਂਦੇ ਆ ਜੀ ਮ ਹੂੰ ਸਹੀ ਗੱਲ ਹਾਂਜੀ ਇਹਦਾ ਮਤਲਬ ਇਹ ਹੈ ਵੀ ਤੁਸੀਂ ਤੁਸੀਂ ਉਹਨਾਂ ਦੀ ਜਿਹੜੀ ਮੰਗ ਆ ਉਹ ਪੂਰੀ ਕਰ ਦਿੰਦੇ ਹੋ ਜਾਂ ਉਹਨਾਂ ਦੀ ਹੋਰ ਹੁੰਦੀ ਹੈ ਸ਼ਹਿਰਾਂ ਵਾਲਿਆਂ ਦੀ ਖਾਸ ਤੌਰ ਤੇ ਨਹੀਂ ਮੰਗ ਤਾਂ ਪੂਰੀ ਨਹੀਂ ਹੋ ਰਹੀ ਜੀ ਮੰਗ ਨਹੀਂ ਪੂਰੀ ਨਾ ਮੰਗ ਨਹੀਂ ਪੂਰੀ ਹੂੰ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਜਾਂਦਾ ਹੈ ਸਾਡਾ ਤਕਰੀਬਨ ਲਵੇ ਲਾਉਣੇ ਵਾਲੇ ਬਰਨਾਲਾ ਹੋ ਗਿਆ ਜੀ ਹੂੰ ਠੀਕ ਆ ਜੀ ਰਾਏ ਕੋਟਲ ਦੇਣਾ ਹੋ ਗਿਆ ਜੀ ਬਠਿੰਡਾ ਹੋ ਗਿਆ ਜੀ ਪਟਿਆਲਾ ਬਾਰ ਇਹਦਾ ਸਤੋ ਦਿੱਲੀ ਦੇ ਵਾਲੇ ਵੀ ਮੰਗਦੇ ਆ ਜੀ ਜਲੰਧਰ ਵਾਲੇ ਵੀ ਮੰਗਦੇ ਆ ਜੀ ਫਿਰ ਇੰਨਾ ਸਾਡੇ ਕੋਲ ਹੁੰਦਾ ਨਹੀਂ ਕ ਹੁੰਦਾ ਨਹੀਂ ਹਾਂ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਜੇਕਰ ਆਪਣੇ ਲੋਕ ਹੋਰ ਲਾਉਣਗੇ ਤਾਂ ਇਹ ਘਟੂ ਘਟੇ ਦੀ ਮੰਗ ਤਾਂ ਪੂਰੀ ਕੀਤੀ ਜਾ ਸਕਦੀ ਹੈ ਹਨ ਨਹੀਂ ਹੋ ਸਕਦੇ ਜੀ ਕਿਸੇ ਵੀ ਫਲ ਫਰੂਟ ਦੀ ਮੇਰੇ ਹਿਸਾਬ ਨਾਲ ਮੰਗ ਨਹੀਂ ਪੂਰੀ ਹੋ ਸਕਦੀ ਅੱਛਾ ਹਾਂ ਜੀ ਮਤਲਬ ਕੁੱਲ ਮਿਲਾ ਕੇ ਇਹਦੇ ਚ ਆਪਣੇ ਕਿਸਾਨਾਂ ਨੂੰ ਫਾਇਦਾ ਹੈਗਾ ਕਿਉਂਕਿ ਇਹਦੀ ਮੰਗ ਬਹੁਤ ਹੈ ਤੇ ਰੇਟ ਇਹਦਾ ਬਰਕਰਾਰ ਰਹੂਗਾ ਲਗਭਗ 100 ਰੁਪਏ ਦਾ ਸਬਜ਼ੀ ਦਾ ਰੇਟ ਨਹੀਂ ਜੀ ਇਹ ਤਾਂ ਫਿਰ ਵੀ ਫਰੂਟ ਆ ਜੀ ਮੈਡੀਸਨ ਆਗਾ ਜੇ 100 ਰੁਪਏ ਵੀ ਵਿਕਦਾਈ ਸਾਡਾ ਫਰੂਟ ਤਾਂ ਵੀ ਅਸੀਂ ਬਹੁਤ ਮਤਲਬ 5 ਲੱਖ ਤੇ ਪਹੁੰਚਦੇ ਆਂ ਜੀ ਏਕੜ ਤੇ ਸਹੀ ਗੱਲ ਹੈ ਜੇ ਅਸੀਂ ਵੱਧ ਵੇਚ ਲਨੇ ਜੀ ਸਾਡੀ ਵੱਧ ਕਮਾਈ ਹੋ ਜੂਗੀ ਇਹ ਨਾ ਕਈ ਵਾਰੀ ਆਪਣ ਨੂੰ ਸੁਣਨ ਵਾਲੇ ਨਾ ਐ ਗੱਲਾਂ ਕਰਦੇ ਆ ਵੀ ਯਾਰ ਐਵੇਂ ਮਰੀ ਜਾਂਦੇ ਆ ਲੱਖਾਂ ਦੇ ਵਿੱਚ ਗੱਲਾਂ ਲੱਖ ਰੁਪਿਆ ਦਾ ਕਿਤੇ ਉਹ ਨਾ ਹੋ ਜੇ 5 ਲੱਖ 10 ਲੱਖ ਉਹ ਨਾ ਹੋ ਜੇ ਪਰ ਜੇ ਸਾਹਬ ਨਾਲ ਮੈਂ ਤੁਹਾਡੇ ਲੱਗਿਆ ਵੇਖਿਆ ਉਹ ਜੇ ਸਾਹਬ ਨਾਲ ਮੈਂ ਤੁਹਾਡੀ ਮਿਹਨਤ ਵੇਖੀ ਹੈ ਉਹ ਸਾਹਬ ਨਾਲ ਜਿਹੜਾ ਜੇਕਰ ਲੋਕ ਆਪ ਕਰਕੇ ਵੇਖਣ ਉਹਨਾਂ ਨੂੰ ਫੇਰ ਪਤਾ ਲੱਗੂ ਕਿ ਨਹੀਂ ਨਹੀਂ ਅਸੀਂ ਕਈ ਮੈਂ ਤਾਂ ਇੱਕ ਪੋਲ ਤੇ ਲੈ ਜਾਂਦੇ ਆ ਜੀ अच्छा ਜਾਂ ਦੋ ਪੋਲ ਦੇ ਲੈ ਜਾਂਦੇ ਆ ਹੂੰ ਠੀਕ ਹੈ ਜੀ ਮੈਂ ਤਾਂ ਗੁਰਦਾਸਪੁਰ ਦਾ ਇੱਕ ਮੁੰਡਾ ਲੈ ਕੇ ਗਿਆ ਸੀ ਸਰਵਿਸ ਕਰਦਾਗਾ ਉਹਨੇ ਪਹਿਲੇ ਸਾਲ ਹੀ 6 ਕਿਲੋ ਲੈ ਲਿਆ ਜੀ ਇੱਕ ਪੋਲ ਤੋਂ ਫਰੂਟ ਅੱਛਾ ਹਾਂਜੀ ਪਰ ਮੈਂ ਪਹਿਲੇ ਸਾਲ ਨਹੀਂ ਕਹਿੰਦਾ ਹੈਗਾ ਜੀ ਮੈਂ ਦੂਜੇ ਸਾਲ ਕਹਣਾ ਉਹ ਤਾਂ ਮਿਹਨਤ ਨਾ ਹੋਵੇ ਸਹੀ ਗੱਲ ਹੈ ਹਾਂਜੀ ਦੂਜੇ ਸਾਲ ਜੋ 10 ਕਿਲੋ ਲੈ ਲਊਗਾ ਇੱਕ ਪੋਲ ਤੋਂ ਇਸ ਕਰਕੇ ਜੇ ਬੰਦਾ ਮਿਹਨਤ ਕਰਦਾ ਜੀ ਉਹਨੂੰ ਕੋਈ ਘਟੇ ਵਾਲਾ ਕੰਮ ਨਹੀਂ ਕੋਈ ਘਟੇ ਵਾਲਾ ਹਾਂਜੀ ਕੋਈ ਵੀ ਕੰਮ ਘਟੇ ਵਾਲੇ ਨਹੀਂ ਉਹਦੇ ਦੀ ਹਾਂ ਬਿਲਕੁਲ ਸਹੀ ਗੱਲ ਹੈ ਹੋਰ ਜੀ ਤੁਸੀਂ ਅਖੀਰ ਦੇ ਵਿੱਚ ਆਪਣੇ ਜਿਹੜੇ ਮੁੰਡੇ ਐ ਖਾਸ ਤੌਰ ਦੇ ਉੱਤੇ ਪਹਿਲਾਂ ਬਾਹਰ ਜਾਣ ਦੀ ਗੱਲ ਕਰਖੇਟੇ ਆਪਾਂ ਤੇ ਬਹੁਤੇ ਇੱਥੇ ਵਿਚਾਰੇ ਬਾਹਰ ਨਹੀਂ ਜਾਇਆ ਜਾਂਦਾ ਤਾਂ ਇੱਥੇ ਨਿਰਾਸ਼ ਹੋਏ ਬੈਠੇ ਐ ਉਹਨਾਂ ਲਈ ਤੁਸੀਂ ਸਮਝਦੇ ਹੋ ਵੀ ਇਹ ਜਿਹੜੀ ਡ੍ਰੈਗਨ ਫਰੂਟ ਦੀ ਖੇਤੀ ਐ ਵੀ ਉਹ ਘਰ ਪੂਰਾ ਕਰ ਸਕਦੀ ਐ ਤੇ ਉਹ ਐ ਕਹਿਣਗੇ ਵੀ ਹਾਂ ਹੌਸਲੇ ਨਾਲ ਵੀ ਹਾਂ ਅਸੀਂ ਵੀ ਕੰਮ ਕਰਦੇ ਹਾਂ ਕੋਈ ਮੈਂ ਕਹਿੰਦਾ ਜੇ ਕਰਨਾ ਚਾਹੇ ਜੀ ਬੱਚੇ ਨੇ ਅੱਜ ਕੱਲ੍ਹ ਦੇ ਦੇਖੋ ਇਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਜੀ ਇਹਨਾਂ ਨੂੰ ਇੱਕ ਰਸਤਾ ਦਿਖਦਾ ਸੀ ਵੀ ਯਾਰ ਕੈਨੇਡਾ ਜਾ ਕੇ ਮਾਇਨੇ ਪੈਸੇ ਕਮਾਉਂਗਾ ਅਮਰੀਕਾ ਜਾ ਕੇ ਮੈਂ ਇਹਨੇ ਪੈਸੇ ਕਮਾਉਂਗਾ ਪਰ ਮੈਂ ਕੈਨੇਡਾ ਤੇ ਅਮਰੀਕਾ ਤੋਂ ਮੈਂ ਵਾਦੇ ਨਾਲ ਕਹਿੰਦਾ ਜੀ ਮੇਰੇ ਕੋਲ 2 ਸਾਲ ਨੂੰ ਆ ਜਾਓ ਜਿਹੜਾ ਮਰਜੀ ਕਮਾਈ ਕਰਕੇ ਲੈ ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਕੀ ਬਾਤ ਹੈ ਹਾਂਜੀ ਸਹੀ ਗੱਲ ਜਿਹੜਾ ਨੌਜਵਾਨ ਮੁੰਡਾ ਜੀ ਇੱਥੇ ਕੰਮ ਕਰੇ ਤੀਜੇ ਸਾਲ ਉਹਦੇ ਪੈਰ ਲੱਗ ਜਾਣਗੇ 5-5 ਸਾਲ ਜਾ ਕੇ ਤਾਂ ਬਾਹਰ ਨਹੀਂ ਲੱਗਦੇ ਪੈਰ ਬੰਦੇ ਦੇ ਮਕਾਨ ਨਹੀਂ ਬਣਦੇ ਜੇ ਮਕਾਨ ਬਣਾ ਲੈਂਦਾ ਉਹਦੀ ਕਿਸ਼ਤਾਂ ਨਹੀਂ ਮੁੜਦੀਆਂ ਉੱਥੇ ਤਾਂ ਅਸੀਂ ਭਈਆਂ ਵਾਂਗੂ ਕੰਮ ਕਰਦੇ ਹਾਂ ਮਜ਼ਦੂਰਾਂਗੇ ਇੱਥੇ ਅਸੀਂ ਸਰਦਾਰਾਂਗੇ ਜੇ ਸਰਦਾਰੀ ਕਾਇਮ ਰੱਖਣੀ ਹੈ ਤਾਂ ਇੱਥੇ ਹੀ ਕੰਮ ਕਰਨਾ ਪਊਗਾ ਮਤਲਬ ਕੁਲਮ ਲਾ ਕੇ ਆਪਾਂ ਨਰਾਸ਼ ਹੋਣ ਦੀ ਲੋੜ ਨਹੀਂ ਹੈਗੀ ਨਾ ਨਾ ਕੋਈ ਨਰਾਸ਼ ਹੋਣ ਦੀ ਲੋੜ ਨਹੀਂ ਤੁਸੀਂ ਮਿਹਨਤ ਕਰੋ ਕਿਸੇ ਵੀ ਚੀਜ਼ ਤੇ ਕਰ ਲਓ ਸੋਨੂੰ ਪ੍ਰਮਾਤਮਾ ਨੇ ਦੇਣੇ ਦੇਣਾ ਜੀ ਇੱਕ ਮੈਂ ਹੋਰ ਥੋੜੀ ਤੇ ਗੱਲ ਪੁੱਛਣੀ ਚਾਹਣਾ ਵੀ ਜਿਹੜੇ ਬਜ਼ੁਰਗ ਹੈ ਬਜ਼ੁਰਗਾਂ ਨੂੰ ਇਹਨਾਂ ਇਸ ਖੇਤੀ ਚ ਇਹੋ ਜੀਆਂ ਖੇਤੀਆਂ ਦੇ ਵਿੱਚ ਦੱਸਣ ਲਈ ਜੇ ਹੁਣ ਮੇਰੇ ਵਰਗਾ ਨੌਜਵਾਨ ਇਹ ਕਹਿੰਦਾ ਵੀ ਬਾਪੂ ਮਾਇਆ ਕਰ ਲਾਂ ਉਹ ਕਹਿੰਦਾ ਤੈਨੂੰ ਬੜਾ ਪਤਾ ਤੂੰ ਰਹਿਣ ਦੇ ਇਹ ਇਹ ਕੁਝ ਨਹੀਂ ਹੁੰਦਾ ਹੁੰਦਾ ਉਹ ਪਰ ਤੁਸੀਂ ਆਪ ਇਹ ਚੀਜ਼ ਲਈ ਇਹ ਚੀਜ਼ ਅਪਣਾਈ ਤੇ ਹੋਰ ਵੀ ਵੱਖਰਾ ਕਰ ਰਹੇ ਹੋ ਇਹ ਬੜੀ ਵੱਡੀ ਗੱਲ ਹੈ ਹਾਂਜੀ ਜੇਵਨ ਹੁਣ ਮੈਂ ਹੀ ਸਾਥ ਨਾ ਦਿੰਦਾ ਜੀ ਉਹਦੇ ਬੱਚਿਆਂ ਨੂੰ ਹੂੰ ਕੀਨੇ ਕਰਨਾ ਸੀਗਾ ਉਹ ਕਈ ਨਾ ਬਜ਼ੁਰਗ ਆਉਂਦੇ ਅਜਵੇਂ ਤੁਸੀਂ ਗੱਲ ਕਹੀ ਆ ਹੂੰ ਉਹਦੇ ਬੱਚਿਆਂ ਨੂੰ ਕਰਨ ਨਹੀਂ ਦਿੰਦੇ ਵਾਕਿਆ ਨਹੀਂ ਕਰੰਦੇ ਉਹ ਇੱਥੇ ਆਉਂਦੇ ਆ ਕਿ ਉਹ ਦੇਖੋ ਜੇ ਬੱਚਾ ਸਾਡੇ ਨੇ ਪੈਸੇ ਲਾ ਦੋ ਜੀ ਹੋਰ ਕਰ ਦੋ ਜੀ ਮੈਂ ਤਾਂ ਕੀਲਾ ਜ਼ਮੀਨ ਵੇਚ ਕੇ ਬਾਹਰ ਭੇਜ ਦੂੰਗਾ ਉਹਨੇ ਸੋਚਣੀ ਗਲਤ ਆ ਜੀ ਜੇ ਬੱਚਾ ਕੋਈ ਕਰਨਾ ਚਾਹੁੰਦਾਗਾ ਬੱਚੇ ਲੈ ਕੇ ਆਉਂਦੇ ਖੁਦ ਆਪਣੇ ਮਾਪੇ ਉਹਨੂੰ ਹੂੰ ਇੱਥੇ ਦੇਖਣ ਵਾਸਤੇ ਕਿਉਂਕਿ ਉਹ ਮੋਬਾਈਲ ਤੇ ਦੇਖਦੇ ਆਗੇ ਉਹ ਜਦੋਂ ਲੈ ਕੇ ਆਉਂਦਾ ਖੇਤੀ ਫਿਰ ਉਹਦਾ ਜਿਹੜਾ ਮਾਪਿਓ ਪੁਰਾਣੇ ਖੇਲਿਆਂ ਵਾਲਾ ਖੇਲਿਆਂ ਵਾਲੇ ਨੇ ਜੀ ਹੂੰ ਉਹ ਕਣਕ ਤੇ ਝੋਨਾ ਹੀ ਦੇਖਿਆ ਉਹਨਾਂ ਨੇ ਹੂੰ ਜੇ ਕੋਈ ਨਵੀਂ ਖੇਤੀ ਕਰਦੇ ਆਗੇ ਉਹ ਫੇਲ ਹੋ ਜਾਂਦੇ ਆ ਪਰ ਮੈਂ ਕਹਿੰਦਾ ਵੀ ਜਿੱਥੇ ਜਿਹੜਾ ਬੰਦਾ ਮਾਡਲ ਪਾਸ ਆਗਾ ਜਿਹੜਾ ਕਿਸਾਨ ਸਫਲਾਗਾ ਉਹਦੀ ਜਾ ਕੇ ਰਹਿ ਲਵੋ ਜੀ ਹੂੰ ਕਿਸਾਨ ਕਦੇ ਤੁਹਾਨੂੰ ਰਹਿ ਗਲਤ ਨਹੀਂ ਰਹੂਗਾ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਹਾਂ ਜੀ ਜਿਹੜੇ ਹੈਗੇ ਨੇ ਵਪਾਰਕ ਬੰਦੇ ਵਪਾਰੀ ਬੰਦੇ ਨੇ ਵਪਾਰੀ ਕਰਨ ਕਰਦੇ ਨੇ ਉਹ ਤਾਂ ਜੀ ਇੱਕ ਚੀਜ਼ ਜਾਂ ਦਸ ਚੀਜ਼ਾਂ ਦੱਸੂਗਾ ਮੇਟ ਨੂੰ ਆ ਵੀ ਆ ਉਹਦਾ ਸਾਨੂੰ ਮਿੰਟਾਂ ਚ ਤਹਾਂ ਚੜਾ ਦਊਗਾ ਉਹ ਸਿਰਫ ਆਪਦਾ ਫਾਇਦਾ ਦੇਖੂਗਾ ਉਹ ਆ ਉਹਨੇ ਆਪਦਾ ਦੇਖ ਹ ਇਹ ਗੱਲ ਮਿਲੂ ਦੇਖੀ ਪਰ ਇੱਥੇ ਸਾਡਾ ਮੇਰਾ ਫਰਕ ਆ ਜੀ ਆਪਾਂ ਇੱਕ ਸੇਵਾ ਦੇ ਤੌਰ ਦੇ ਉੱਤੇ ਲੋਕਾਂ ਨੂੰ ਦੱਸ ਰਹੇ ਹਾਂ ਵੀ ਜੇ ਕਰ ਲਵਾਂਗੇ ਹ ਥੋੜਾ ਭਲਾ ਹੋ ਜਾਊਗਾ ਆ ਬਾਹਰਲੇ ਬੂਰਲੇ ਮੁਲਕਾਂ ਨੂੰ ਭੁੱਲ ਜਾਓਗੇ ਇੱਥੇ ਇੱਥੇ ਕਰੋ ਆਪਦੇ ਬੱਚਿਆਂ ਨੂੰ ਕਿਉਂ ਦੇਸ਼ ਨਿਕਾਲਾ ਦਿੰਦੇ ਆ ਹਾਂਜੀ ਸਹੀ ਗੱਲ ਹੈ ਉਹ ਲੋਕ ਵੀ ਉਹ ਮੁੰਡੇ ਵੀ ਜਿਹੜੇ ਤੁਹਾਡੇ ਤੋਂ ਸਿੱਖ ਕੇ ਕਰਦੇ ਹੋਣਗੇ ਉਹ ਪੱਕਾ ਕਿਤੇ ਨਾ ਕਿਤੇ ਤੁਹਾਡਾ ਨਾਮ ਲੈਂਦੇ ਹੋਣਗੇ ਹਾਂਜੀ ਪੱਕਾ ਜੀ ਪੱਕਾ ਜਿਹੜਾ ਨੌਜਵਾਨ ਪੜ੍ਹੇ ਲਿਖੇ ਮੇਰੇ ਕੋਲ ਵਰਗ ਆ ਰਿਹਾ ਜੀ ਤੇ ਚੰਗੀ ਸੋਚਣੀਆਂ ਆ ਆ ਰਹੇ ਆਗੇ ਛੋਟੇ ਛੋਟੇ ਬੱਚੇ ਜੀ ਮੇਰੇ ਕੋਲ 20 22 ਸਾਲ ਦੇ ਆਜ ਨੇ ਉਹਦੇ ਮਾਪਿਆਂ ਨੂੰ ਲੈ ਕੇ ਅੱਛਾ ਤੇ ਫਿਰ ਉਹ ਦੇਖਦੇ ਸਾਰਾ ਫਿਰ ਉਹ ਸ਼ੁਰੂ ਕਰਦੇ ਆ ਜੀ ਕੋਈ 10 ਬੋਲੋਂ ਸ਼ੁਰੂ ਕਰਦਾ ਕੋਈ 50 ਤੋਂ ਕਰਦਾ ਕੋਈ 100 ਤੋਂ ਕਰਦਾ ਕੋਈ 500 ਬੋਲ ਤੋਂ ਸ਼ੁਰੂ ਕਰਦਾ ਜਿਹੜਾ ਕੋਈ ਤਕੜਾ ਪਾਉਂਦਾ ਜੀ ਉਹ ਚਾਹੇ 1000 ਲਾ ਲੈ ਪੋਲ ਇਹਦੀ ਕੋਈ ਜ਼ਮੀਨ ਜ਼ਮੂਨ ਦਾ ਚੱਕਰ ਤਾਂ ਨਹੀਂ ਹੁੰਦਾ ਵੀ ਫਲਾਨੀ ਜ਼ਮੀਨ 'ਚ ਹੀ ਹੁੰਦੇ ਆ ਹਾਂ ਜ਼ਮੀਨ ਉਹਨੂੰ ਪਜਾਉ ਹੋਣੀ ਚਾਹੀਦੀ ਆ ਜੀ ਹਾਂ ਮਰੂਥ ਹਲਦਾ ਨਹੀਂ ਹੈਗਾ ਇਹ ਹੂੰ ਇਹਨੂੰ ਜ਼ਮੀਨ ਫੜ ਦੇਣ ਵਾਸਤੇ ਜੀ ਉਪਜਾਗੂ ਚਾਹੀਦੀ ਆ ਪਾਣੀ ਨਹੀਂ ਰੁਕਣਾ ਚਾਹੀਦਾ ਜੀ ਖੇਤ ਚ ਉਹਦੇ ਵਾਸਤੇ ਅਸੀਂ ਬੈਡਾਂ ਤੇ ਲਾਉ ਲਾਉਨੇ ਆਗੇ ਬਹੁਤ ਬੜੀ ਖੇਤੀ ਆ ਇਹ ਐਂਟਰ ਕ੍ਰੋਪ ਇਹਦੇ ਵਿੱਚ ਹੋਣੇ ਸਰੋਂ ਬੀਜ ਲੋ ਸਬਜ਼ੀ ਬੀਜ ਲੋ ਹੂੰ ਜੋ ਮਰਜੀ ਬੀਜ ਲੋ ਜੀ ਕੋਈ ਇਨਕਮ ਨਹੀਂ ਰੁਕਦੀ ਬੰਦੇ ਦੀ ਇੱਕ ਏਕੜ ਵੀ ਬੰਦੇ ਦਾ ਪਰਿਵਾਰ ਪਾਲ ਸਕਦਾ ਜੀ ਇੱਕ ਏਕੜ ਵੀ ਹੈਗਾ ਨਾ ਬੰਦੇ ਕੋਲੇ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਦਿਹਾੜੀ ਕਰਨ ਦੀ ਲੋੜ ਨਹੀਂ ਅੱਜ ਕਿਸਾਨ ਨੇ ਵਿੱਲੇ ਹੋਏ ਬੈਠ ਨੇ ਜ਼ਮੀਨਾਂ ਤੋਂ ਕਿੱਲੇ ਕਿੱਲੇ ਆਲੇ ਨੇ ਜਾ ਕੇ ਸ਼ਹਿਰਾਂ ਚ ਨੌਕਰੀ ਕਰਦੇ ਆਗੇ ਦਿਹਾੜੀ ਕਰਦੇ ਕਿਉਂਕਿ ਉਹਨਾਂ ਤੋਂ ਮੂੰ ਤਾਂ ਟਾਈਮ ਪਾਸ ਨਹੀਂ ਹੁੰਦਾ ਹਮ ਅਗਰ ਇੱਕ ਏਕੜ ਹੈਗਾ ਜੀ ਉਹਨੂੰ ਸਹਿਰ ਜਾ ਕੇ ਆਪਣੇ ਦਿਹਾੜੀ ਕਰਨ ਦੀ ਲੋੜ ਹਮ ਕਿਸਾਨ ਨੂੰ ਸਹੀ ਗੱਲ ਹਾਂਜੀ ਹਾਂ ਜਿਹੜੇ ਆਪਣੇ ਵਿਚਾਰੇ ਇਹ ਕਹਿੰਦੇ ਵੀ ਅਸੀਂ ਕਦੀ ਖੇਤੀ ਕੀਤੀ ਹਾਂ ਹਾਂ ਜਿਨ੍ਹਾਂ ਜਮੀਨਾਂ ਵਿਕ ਗਈਆਂ ਜਾਂ ਘਟ ਗਈਆਂ ਜੀ ਪਰਿਵਾਰ ਵੱਡੇ ਹੋ ਗਏ ਸਾਡੇ ਕੋਲੇ ਕਿੱਲਾ ਡੇਢ ਕਿੱਲਾ ਸੀ ਕਦੀ ਖੇਤੀ ਕੀਤੀ ਹਾਂ ਹਾਂਜੀ ਹਾਂਜੀ ਇਹ ਗੱਲ ਥੋੜੀ ਸੀ ਹਾਂ ਹਾਂ ਉਹਨੂੰ ਜਾਣ ਦੀ ਲੋੜ ਨਹੀਂ ਮਿਹਨਤ ਕਰਿਆ ਆਪਣੇ ਖੇਤ ਚ ਬਹਿ ਕੇ ਪਰਮਾਤਮਾ ਨੂੰ ਉੱਥੇ ਵੀ ਦਊਗਾ ਹਮ ਸਹੀ ਗੱਲ ਚਲੋ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ। ਛੋਟਾ ਵੀ ਬਹੁਤ ਧੰਨਵਾਦ ਜੀ। ਸਰਜੀ ਜੀ ਤੁਸੀਂ ਟਾਈਮ ਕੱਢਿਆ ਇੱਥੇ ਆਏ। ਨਹੀਂ ਨਹੀਂ ਬਹੁਤ-ਬਹੁਤ। ਹਾਂ ਜੀ। ਸ਼ੁਕਰੀਆ ਜੀ। ਸ਼ੁਕਰੀਆ। ਦੋਸਤੋ ਆਪਣੇ ਜਿਹੜੇ ਮੁੰਡੇ ਐ ਉਹਨਾਂ ਨੂੰ ਪਹਿਲਾਂ ਤਾਂ ਇਹ ਲੱਗਦਾ ਹੋਊਗਾ ਵੀ ਨਹੀਂ ਇਦਾਂ ਲੱਖਾਂ ਦੇ ਵਿੱਚ ਕਮਾਈਆਂ ਨਹੀਂ ਹੁੰਦੀਆਂ ਕਿਉਂਕਿ ਨਾ ਤਾਂ ਸਾਡੇ ਬਾਪੂ ਨੇ ਲੱਖਾਂ ਕਮਾਏ ਐ ਇਹਨਾਂ ਖੇਤਾਂ ਦੇ ਵਿੱਚੋਂ ਤੇ ਨਾ ਹੀ ਕਮਾਏ ਜਾ ਸਕਦੇ ਐ। ਬਾਪੂ ਹੁਣੇ ਵੀ ਗਲਤ ਨਹੀਂ ਐ ਉਹਨਾਂ ਤੇ ਵੀ ਥੋਪਿਆ ਗਿਆ ਸੀ ਜਦੋਂ ਹਰਿਆਣਕ ਲਾਬ ਆਇਆ ਸੀ ਫਿਰ ਕਣਕ ਤੇ ਝੋਨਾ ਹੀ ਆਇਆ ਪਹਿਲਾਂ ਆਪਾਂ ਹੋਰ ਵੀ ਵੱਖੋ-ਵੱਖਰੀਆਂ ਖੇਤੀਆਂ ਕਰਦੇ ਸੀ ਪਰ ਹੁਣ ਸਾਨੂੰ ਦੁਬਾਰਾ ਫੇਰ ਉਹੀ ਬਖਰੇਵੇਂ ਦੇ ਵਿੱਚ ਆਉਣਾ ਪਊਗਾ ਵੱਖ-ਵੱਖ ਖੇਤੀਆਂ ਕਰਨੀਆਂ ਪੈਣਗੀਆਂ ਤਾਂ ਜੋ ਅਸੀਂ ਕਾਮਯਾਬ ਹੋ ਸਕੀਏ ਜੇਕਰ ਤੁਸੀਂ ਮਿਹਨਤ ਕਰ ਸਕਦੇ ਹੋ ਸ਼ੁਰੂ ਦੇ ਵਿੱਚ ਥੋੜਾ ਬਹੁਤ ਖਰਚਾ ਕਰ ਸਕਦੇ ਹੋ ਤਾਂ ਤੁਸੀਂ ਡ੍ਰੈਗਨ ਫਰੂਟ ਵੀ ਲਾ ਕੇ ਵੇਖੋ ਥੋੜਾ ਲਾ ਕੇ ਵੇਖ ਲਓ ਤਾਂ ਜੋ ਸਾਨੂੰ ਤੁਹਾਨੂੰ ਪਤਾ ਲੱਗ ਜਾਏ ਕਿ ਹਾਂ ਕਿੰਨੀ ਕਮਾਈ ਹੁੰਦੀ ਐ ਫਿਰ ਤੁਸੀਂ ਵੱਧ ਵੀ ਲਾ ਸਕਦੇ ਹੋ ਸਤਿ ਸ੍ਰੀ ਅਕਾਲ